ਛੜ ਅੱਬਾ ਵੀ ਨੱਚ ਵੇਖ ਮੇਰੇ ਪੁੱਤਰ ਦਾ ਹਾਲਾਤ ਕੀ ਹੋਇਆ ਪਿਆ ਅੰਮਾ ਬਸ ਦਾੜੀ ਰੱਖ ਲਈ ਕੀ ਕਰੀਏ ਤੂੰ ਬਿਠਾਣੇ ਨਹੀਂ ਆਦੇ ਪੁੱਤਰ ਨੂੰ ਤੂੰ ਆਇਆ ਵੀ ਤਾਂ 20 ਸਾਲਾਂ ਬਾਅਦ ਹੈ ਪੁੱਤਰ ਬੋਲਿਆ ਓਏ ਭਰਜਾਈ ਮੇਰੀ ਐਡੀ ਸੋਹਣੀ ਕਿੱਥੇ ਲੱਭੀ ਆਈ ਹਾਂ ਬੋਲਿਆ ਭਰਾ ਤੇਰੀ ਭਰਜਾਈ ਏ ਮਾਸ਼ਾਅੱਲਾ ਡਾਡੀ ਸੋਹਣੀ ਭਰਜਾਈ ਏ ਤੂੰ ਆਈ ਘਰ ਇਹਨੂੰ ਪੂਰਾ ਪਿੰਡ ਵਿਖਾ ਦੇ ਪੜ੍ਹੀ ਲਿਖੀ ਹੈ 16 ਪੜ੍ਹੀ ਹੋਈ ਏ ਅੱਛਾ ਤੇ ਲੈ ਪਿੰਡ ਦੀ ਕਿਹੜੀ ਗੱਲ ਹੈ ਭਾਵੇਂ ਲਾਹੌਰ ਸ਼ਹਿਰ ਦੀ ਮੈਂ ਇਹਨੂੰ ਸਾਰੇ ਪਿੰਡ ਘੁਮਾ ਦੇਸਾਂ ਚਲ ਆਓ ਜੀ ਤੁਹਾਨੂੰ ਵਿਖਾ ਲਿਆਵਾਂ ਖਬਰ ਤੇ ਕਰ ਜਾ ਐਡੀ ਦੂਰੋਂ ਆਇਆ ਇਹਨਾਂ ਨੇ ਪਾਣੀ ਸ਼ਾਣੀ ਤੇ ਪੀ ਲਵਣ ਦੇ ਘਣਾ ਕਾਲਾ ਹੈ ਤੂੰ ਹਾਂ ਪਾਣੀ ਪਵਾ ਲਾ ਲੈ ਲੈ ਤੂੰ ਪਾਣੀ ਛੇਤੀ ਪੁੱਤਰ ਲੈ ਪਾਉ ਪਾਣੀ ਆ ਪੀ ਲੈ ਦੀ ਪਾਣੀ ਪੀ ਲੈ ਲੈ ਬਹੁਤ ਵੀ ਪੀ ਲੈ ਪਤਾ ਨਹੀਂ ਕਿੱਥੇ ਕਿਹਨਾਂ ਦਾ ਪੀਤਾ ਹੋਇਆ ਓ ਹਾਂ ਪਾਣੀ ਲੈ ਲੈ ਪਾਣੀ ਦੇ ਦੇ ਇੱਟੇ ਹੋਆ ਨਾ ਤੇ ਪਿਓ ਜੋ ਗਲਾਸ ਕੋਨਾ ਚੱਕ ਲੈ ਪਾਣੀ ਹੋਰ ਲੈ ਲਓ ਜੀ ਆ ਪੀ ਲੈ ਬਾਉ ਪਾਣੀ ਹੋਰ ਲੈਣਾ ਨੇ ਜੀ ਨਹੀਂ ਬਸ ਪਾਣੀ ਪੀ ਲਿਆ ਨੇ ਜੀ ਹਾਂਜੀ ਪੀ ਲਿਆ ਹੋਰ ਚਲੀਏ ਲੱਖ ਲਾਨੇ ਤੇ ਸਾਰਾ ਪਾਣੀ ਪੀਤੀ ਆ ਡੋਲੀ ਜਾਨਾ ਮੂੰਹ ਧਿਆਨ ਪਾਣੀ ਪੀ ਲੈ ਓਏ ਅੱਬਾ ਕੀ ਕਰਾਂ ਬੋ ਮੈਂ ਲੱਗਦਾ ਗਲਾਸ ਟੁੱਟਾ ਹੋਇਆ ਗਲਾਸ ਟੁੱਟਾ ਹੈ ਰਾਣਾ ਸਾਰਾ ਪਾਣੀ ਡੋਲੀ ਜਾਂਦਾ ਤੇਰੇ ਤੋਂ ਬਸ ਮੈਂ ਪੀਂਦਾ ਹੀ ਨਹੀਂ ਆ ਮੈਂ ਤਰੀ ਕੋ ਨਹੀਂ ਤੈਨੂੰ ਮੋੜ ਕੀ ਆਨੇ ਚਲੀਏ ਤਾਂ ਘੁਮਾ ਫਿਰਾ ਲਿਆਵਾ ਆ ਫਿੱਟੇ ਹੋ ਆਨੇ ਤੇ ਜੱਟ ਨੂੰ ਸਾਹ ਤੇ ਕੱਢ ਲਵਣ ਦੇ ਬੜਾ ਕਾਲਾ ਹੈ ਤੈਨੂੰ ਅੱਗ ਲੱਗੀ ਖੜੀ ਘੁਮਾਉਣ ਫਿਰਾਵਣ ਦੀ ਓਏ ਹੋਏ ਤੈਨੂੰ ਆਰਾਮ ਕੋ ਨਹੀਂ ਐਡੀ ਦੂਰ ਥੱਕ ਤੇ ਆਏ ਨੇ ਜੱਟ ਨੂੰ ਆਰਾਮ ਕਰ ਲਵਣ ਦੇ ਹੋਏ ਹੋਏ ਭਰਜਾਈ ਕੋਲ ਪੁੱਛਾ ਸੁ ਬਈ ਕੋਈ ਭੈਣ ਸ਼ਾਨ ਤੇਰੀ ਬੈਠੀ ਹੈ ਪਰ ਬਾਹੂ ਨਹੀਂ ਮੇਰੇ ਕੋ ਮੈਂ ਲੱਗਦਾ ਪੰਨਾ ਲੱਗਣ ਦਿੰਦਾ ਕੀ ਕਰਾਂ ਮੈਂ ਓਏ ਅੱਬਾ ਸਕੂਨ ਆ ਗਿਆ ਅੱਜ ਪਿੰਡ ਦੇ ਵਿੱਚ ਆ ਕੇ ਪਿੰਡ ਦੀਆਂ ਮੋਜਾਂ ਪਿੰਡ ਵਿੱਚ ਨੇ ਉੱਥੇ ਸਾਰੀ ਦਿਹਾੜੀ ਕਾਂ ਕਾਂ ਇਧਰੂ ਗੱਡੀ ਜਾਂਦੀ ਪਈ ਇਧਰੂ ਗੱਡੀ ਜਾਂਦੀ ਪਈ ਸਕੂਨ ਆ ਗਿਆ ਤੇ ਸ਼ਹਿਰ ਦੇ ਵਿੱਚ ਆ ਪੁੱਤਰ ਐਵੇਂ ਤਾਂ ਨਹੀਂ ਪਿੰਡਾਂ ਦੀਆਂ ਮੋਜਾਂ ਆਉਂਦੀਆਂ ਤੇ ਤੁਸੀਂ ਹੁਣ ਥੱਕੇ ਹੋਏ ਆਏ ਜੇ ਤੇ ਜਾਓ ਘਰੇ ਅੰਦਰ ਆਰਾਮ ਕਰ ਲਓ ਜੱਟ ਸਕੂਨ ਕਰ ਲਓ ਤੇ ਛੜਿਆ ਹਾਂਜੀ ਅੱਬਾ ਜੀ ਤੂੰ ਜਾ ਨਾਲੇ ਤੇ ਲਾਇਆ ਗੋਸ਼ਤ ਹਾਂ ਤੇ ਚਾਵਲ ਹੀ ਲਾਇਆ ਛੇਤੀ ਤੇ ਮੋੜ ਹਰ ਤੈਨੂੰ ਲੈ ਜਾਵੀਂ ਘੁਮਾ ਫਿਰਾ ਲਿਆਵੀਂ ਜਾ ਛੇਤੀ ਜਾ ਗੋਸ਼ਤ ਲਾਇਆ ਗੋਸ਼ਤ ਲਾਇਆ ਮਾ ਗੋਸ਼ਤ ਲਾਇਆ ਚਾਵਲ ਵੀ ਲਾਇਆਵੀਂ ਅਮਾ ਨਾ ਅੱਬਾ ਸ਼ਾਮੀ ਲਾਇਆ ਮਾ ਇੱਕ ਰਿਲਾ ਜਾ ਮੈਂ ਇਹਨਾਂ ਦੇ ਕੋਲ ਬਹਿ ਜਾਵਾਂ ਹਾ ਤੇਰੇ ਫਿੱਟੇ ਲਾਨਤ ਤੇ ਜਾ ਛੇਤੀ ਲਾਇਆ ਉਹਨਾਂ ਨੂੰ ਖਵਾ ਪਿਆ ਤੇ ਮੋੜ ਘੁਮਾ ਫਿਰਾ ਲਿਆਵੀਂ ਬਜਾਈ ਨੂੰ ਆ ਦੇ ਅੱਛਾ ਹਾਂ ਮੋੜ ਠੀਕ ਹੈ ਮੋੜ ਜਾ ਛੇਤੀ ਜਾ ਤੇਰੀ ਮਾਂ ਨੂੰ ਆਖ ਤੇ ਮੋੜ ਸੋਣਾ ਕਰ ਛੇਤੀ ਪਕਾਵੇ ਠੀਕ ਹੈ ਮੈਂ ਨਾ ਤੂੰ ਟੈਨਸ਼ਨ ਨਾ ਲੈ ਮੈਂ ਹੁਣੇ ਗਿਆ ਤੇ ਹੁਣੇ ਆਇਆ ਲੈ ਲੈ ਛੇਤੀ ਆ ਤੂੰ ਪਰ ਜਾਈ ਖਬਰੇ ਕਿੱਦੇ ਰਹਿ ਗਈ ਏ ਆ ਜਾਵੇ ਤੇ ਪੁੱਛ ਲਵਾਂ ਆ ਕੋ ਖਬਰੇ ਕੋ ਮੇਰਾ ਕਿਦੀ ਟਾਂਕਾ ਲੱਗ ਜਾਵੇ ਆ ਓਏ ਹੋਏ ਹਲੇ ਤੇ ਕਰ ਅੰਦਰ ਹੀ ਬੜੇ ਬੈਠਾ ਨੂੰ ਓ ਬਾਉ ਕਿਹੜਾ ਚਮੁਣਾ ਲੜੀ ਜਾਂਦਾ ਤੈਨੂੰ ਲੱਖ ਲਾਨਾ ਤਈ ਚਵਲ ਇਨਸਾਨ ਦੱਸ ਤਾਂ ਨਹੀਂ ਆ ਸਕਣਾ ਮੇਰਾ ਇੱਕੋ ਦਾਮਾ ਸਾਰੇ ਬਾਹਰ ਚ ਕੱਢੇ ਨਾਲੇ ਮੈਂ ਉਹ ਵੇਹਦਾ ਪੀਆਂ ਵਰਜਾਈ ਆ ਦੇ ਨੇ ਵੇਹਦਾ ਪਿਓ ਆਵੇ ਆਈ ਉਹਨੂੰ ਆ ਪਿੰਡ ਦੀ ਸੈਰ ਕਰਾ ਲਿਆਵਾਂ ਹਾਂ ਅੱਛਾ ਆ ਤੈਨੂੰ ਪਤਾ ਲੋਰੀਏ ਕਿ ਲੋਰੀਏ ਸ਼ਹਿਰੀ ਬਾਬੂ ਪਿੰਡ ਤੋਂ ਨਾ ਵੇਖਾ ਹੀ ਨਹੀਂ ਮੈਂ ਕਿ ਚੱਲ ਉਹਨੂੰ ਪਿੰਡ ਦੀ ਗਲੀਆਂ ਗੁਲੀਆਂ ਆ ਆਪਣੇ ਫਸਲਾ ਫਸਲਾ ਨਰਮਾ ਤੇ ਆ ਸਾਰੇ ਆਪਾਂ ਫਿਰਾ ਲਿਆ ਚੰਗਾ ਮਣ ਫਿਰਾ ਲਿਆ ਮੈਂ ਆਖਾ ਪਤਾ ਨਹੀਂ ਕਿਹਿਆਂ ਬਣੀਆਂ ਜਾ ਜਾ ਤੂੰ ਆਦਾ ਕੰਮ ਕਰ ਜਾ ਤੇ ਕਾਲੇ ਮੂੰਹ ਵਾਲਾ ਜਿਹਾ ਨਾ ਹੋਵੇ ਤਾਂ ਉਸਤਰਮ ਕਰਨ ਆ ਜਾਂਦੇ ਨੇ ਅਹੀਂ ਨਹੀਂ ਗੱਲ ਬਣਦੀ ਮੈਂ ਲੱਗਦਾ ਕੋਈ ਯਾਰ ਸੱਤ ਲਿਆ ਨਾ ਉਹਨੂੰ ਮੈਂ ਐਵੇਂ ਪੁੱਤਰ ਤੈਨੂੰ ਮੇਰੀ ਵੀ ਨਾ ਯਾਦ ਆਈ ਪਿਓ ਦੀ ਵੀ ਨਾ ਆਈ ਇੰਨੇ ਦਿਨ ਹੋ ਗਏ ਨੇ ਸਾਨੂੰ ਯਾਦ ਹੀ ਨਾ ਕੀਤਾ ਓਏ ਅੰਮਾ ਬੜੀ ਯਾਦ ਆ ਸੀ ਤੈਨੂੰ ਕੀ ਆਖਾਂ ਮਜੋ ਅਸ ਮਜਬੂਰੀਆਂ ਨੇ ਉੱਥੇ ਗਏ ਤੇ ਮਜਬੂਰੀਆਂ ਨੇ ਮਾਰਿਆ ਹੁਣ ਤੈਨੂੰ ਕੀ ਆਖਾਂ ਐਸਾ ਨਾ ਦੀ ਤੇਰਾ ਦਿਲ ਛੇ ਲੱਗ ਗਿਆ ਕਿ ਨਹੀਂ ਲੱਗਿਆ ਇੱਥੇ ਪੰਟ ਲੱਗ ਜਾਏਗਾ ਜਲਦੀ ਜਲਦੀ ਸਾਡਾ ਤਾਂ ਪੁੱਤਰ ਆ ਹੀ ਕੋਠੀਆਂ ਨੇ ਤੇ ਆ ਹੀ ਘਰ ਨੇ ਤੇ ਆ ਬਾਹਰ ਨੇ ਖੁੱਲੇ ਡੁੱਲੇ ਮਾਲ ਨੇ ਜਿੱਥੇ ਮਰਜ਼ੀ ਜਾ ਆ ਕੋਈ ਇੱਥੇ ਟੈਨਸ਼ਨ ਨਹੀਂ ਸ਼ਹਿਰਾਂ ਵਾਲੀ ਕੋਈ ਪਾਬੰਦੀ ਨਹੀਂ ਕਿ ਅੰਦਰ ਹੀ ਅੰਦਰ ਰਹਿਣਾ ਜਾਂ ਕਰਨਾ ਹੈ ਤੂੰ ਮੈਨੂੰ ਤਾਂ ਇਸੇ ਮੁਹੱਬਤ ਦੀ ਹੈ ਮੁਹੱਬਤ ਮੈਂ ਸਭ ਕੁਝ ਜਾਇਜ਼ ਹੈ ਬਾਊ ਮੈਂ ਇਹ ਨਾ ਕਰਾਂ ਭਰਜਾਈ ਨੂੰ ਘਰਮਾ ਘੁਮਾ ਲਿਆ ਮੈਂ ਬਾਹਰੋਂ ਇਹ ਕਰਿਆ ਹੈ ਮੁੜ ਸ਼ਾਮ ਪੰਦੀ ਪਈ ਹੈ ਰਾਤ ਪੈ ਜਾਸੀ ਹਾਂ ਲੈ ਜਾ ਘੁਮਾ ਲਿਆ ਜਾ ਹਾਂ ਆ ਜਾ ਭਰਜਾਈ ਤੈਨੂੰ ਘੁਮਾ ਲਿਆਵਾਂ ਚਲੀ ਜਾ ਹਾਂ ਆ ਜਾ ਹਾਂ ਸਾਨੂੰ ਜਾਂਦੀ ਰਹਿ ਬੁਝਕਾ ਜੀ ਇੱਥੇ ਪੀਆ ਰਾਂ ਦੇ ਛਾਨੀ ਜੀ
अम्मा मेरी याद आंदी सी तेनू। ले बच्चा कदे मावां भी भुलियां हैगी मेरा पुत्र सोना। आ जा ए नरमा आंदा है नरमा ए नरमा आंदा है जिस कपड़े बनते हैं। आ वेखो इससे रूह निकलती है इससे कपड़े बनते हैं भरजाई देख लो तुम्हारे कपड़े भी इन्हें नाल इससे कदे बने हुए ना। और ए नीचे ए घा आंदा है घा ये नरमे को नुकसान पहुंचाता है फिर हम इनको गोडी करते हैं गोडी रंबे के साथ जैसा तुम्हारे शोर का मुँह है गोडी वाला रंबा उस रंबे से हम इसको गोडी करते हैं ठीक है ना। हाँ तो ये नरमा एक है माशाल्लाह बहुत खूबसूरत आपका पिंड है गांव बहुत अच्छे होते हैं शहर में तो धुआं एलर्जी बहुत होती है उधर ना इसीलिए तो उधर ओए हाँ ओइयो तो सानू बहारा है इत्थे इत्थे हरे भरे खेत हरे भरे दरखत कच्चे कोठे च नींदर बड़ी सोहनी आंदी छड़े जैसे गा वैसा है मोहन बहुत प्यारा माशाल्लाह मैं ना तू बेफिकर हो जा ओ जेड़ा इत्थे है करी परनीत आसी माना मौजा करसी ओ बरजाई तेरी बहन को नी बैठी मम्मी छड़ा बना को मैनू परना चा बेटी भरजाई आदि किसी सहेली नाल मेरा टांका बिड़ा और मेरा पन्ना चवा मेरी शादी करवाओ और मेरे हाण देता हूं दो त्रे प्योत्र पोत्र बैठे पर नीचे बैठे दह दह बाला दे प्यो हो बैठे न मेरी शादी करवाओ चा चल मैं देखूंगी आपके बारे कुछ सोचूंगी चल आ चले किवें परेशान है ओए बच्चा बढ़िया परेशानियां की दसा तेनु ओए अब्बा परेशानी वे हुन ना ले हुन तेरा पुत्र आ गया सारी परेशानियां मैं ते सिर ते रख लेनियां ने ना टेंशन ले हुन ओ बच्चा की तने दसा आप छड़ा भी तनी उम्र लंघदी जांदी है उंदा भी ता करना है बढ़िया परेशानियां की करा हुन मैं अच्छा चलो अल्लाह दा विश्वास बनावेगा अब्बा टेंशन ना ले हुन मैं इथे हां थोड़े कोल हां पक्का पक्का आपने नरमा विखाया अपनी मकई खलोती अपने माल शाल जेड़े गाय फिर सारिया विखाया आदिया ने अच्छा थक तो नहीं गई है अम्मा करेगी काम तेरा अच्छा रिश्ते की मेरा